ਸੋ ਆਓ ਆਪਾਂ ਭਾਈ ਵੀਰ ਸਿੰਘ ਜੀ ਦੀ ਕਾਵ ਰਚਨਾ ਸੁਪਨਾ ਵੇਖੀਏ।
ਤੁਸੀਂ ਵੇਖਿਆ ਕਿ ਇਸ ਪੇਸ਼ਕਾਰੀ ਵਿੱਚ ਵੀ ਕਥਕ ਦੇ ਅੰਸ਼ ਨਾਲ ਇਸ ਨੂੰ ਪਿਰੋਇਆ ਗਿਆ ਸੀ ਸੋ ਕਥਕ ਤੋਂ ਹੀ ਅਸੀਂ ਆਪਣੀ ਜਰਨੀ ਸ਼ੁਰੂ ਕੀਤੀ ਤੇ ਹੁਣ ਤੱਕ ਕਥਕ ਨਾਲ ਹੀ ਜੁੜੇ ਹੋਏ ਹਾਂ ਜਿੱਥੇ ਪੰਜਾਬ ਦੀ ਧਰਤੀ ਦੇ ਵਿੱਚ ਭਾਈ ਵੀਰ ਸਿੰਘ ਜੀ ਨੇ ਪ੍ਰਭੂ ਨਾਲ ਈਸ਼ਵਰ ਨਾਲ ਸੰਯੋਗ ਸ਼੍ਰਿੰਗਾਰ ਭਗਤੀ ਦੇ ਰਸ ਨੂੰ ਇਸ ਤਰੀਕੇ ਨਾਲ ਸੋਚਿਆ